ਲੈ ਭਾਈ ਬੂਟ ਕਿਹੜੇ ਕਾਪੀ ਕਿਹੜੀ ਪਾ ਬੂਟਾਂ ਨੂੰ ਭੈਣ ਕਾਪੀ ਕਹਿ ਲਾਓ ਗੱਲ ਪਿੰਡ ਚ ਗੱਲ ਝੂਠੇ ਗਵਾਹ ਕੈਮਰਾ ਮੈਨ ਵੇਖਦਾ ਓਦਾਂ ਖਲੀਆਂ ਝੂਠਾ ਗਵਾਹ ਨੀ ਖੜੀਦਾ ਪ੍ਰਭਾਵ ਨੀ ਪੈਣ ਡਿਆ ਭਾਜੀ ਪ੍ਰਭਾਵ ਜਾਣੀ ਪੈਣ ਡਿਆ ਪ੍ਰਭਾਵ ਨੀ ਪੈਣ ਡਿਆ ਚੱਲ ਭਾਈ ਜੀ ਵੀ ਗੱਲ ਸੁਣ ਲੈਣ ਉਹ ਕਹਿੰਦਾ ਵੀ ਉਹ ਮੁੰਡਾ ਕਹਿੰਦਾ ਵੀ ਤੁਸੀਂ ਮਤਲਬ ਤੁਹਾਡਾ ਦੋ ਤਿੰਨ ਉੱਥੋਂ ਹੋਰ ਭੈਣ ਚੋਂ ਪੜਦੇ ਸੀ ਉਹੀ ਗੱਲ ਨਵਾਂ ਘਰ ਢਾ ਦਿੱਤਾ ਮਹੀਨੇ ਬਾਅਦ ਆ ਗਿਆ ਮਹੀਨੇ ਬਾਅਦ ਡਿਪੋਰਟ ਹੋ ਕੇ ਸੱਚੀ ਸੱਚੀ ਗੱਲ ਹਾਂਜੀ ਭਾਜੀ ਟਰਾਂਟੋ ਪੁਲਿਸ ਚ ASI ਭਰਤੀ ਹੋਏ ਨੇ ਹੁਣ ਆਪਣਾ ਆਫ ਡਿਊਟੀ ਪਤਾ ਕਰ ਕੇ ਨਹੀਂ ਲੱਗਾ ਥੈਂਕ ਯੂ ਆਖਣਾ ਸਹੀ ਸੋਮੋ ਚ ਬਿਠਾ ਕੇ ਗਵਾਈ ਦੇਣ ਖੜਦੇ ਹੁੰਦੇ ਆ ਪੱਗ ਬਣਾਈ ਅਗਲੀ ਸੀਟ ਅਗਲੀ ਸੀਟ ਤੇ ਅਗਲੀ ਸੀਟ ਪ੍ਰਭਾਵ ਜ਼ਿਆਦਾ ਪੈਂਦਾ ਉਹ ਵੀ ਠੀਕ ਆ ਨਾ ਨਾਲੇ ਪਹਿਲਾਂ ਡਾਕਟਰ ਤੇ ਸਮੋਸੇ ਖਵਾ ਭੁੱਖ ਬੜੀ ਲੱਗੀ ਤੇ ਉਹ ਖਾ ਗਿਆ ਚਾਹ ਪੀ ਲਾ ਕੋਈ ਝੋੜਾ ਹੋ ਕੇ ਪੈਂਦਾ ਆ ਮੈਂ ਤੇ ਗਵਾ ਹਾਂ ਆਹੋ ਪਰ ਨਹੀਂ ਮੈਂ ਇੱਥੇ ਪਨੀਰ ਵਾਲੇ ਬਣਾਉ ਸਮੋਸੇ ਤੇ ਪਕੜ ਲੈ ਕਾ ਗਵਾਈ ਤੇ ਮੇਰੀ ਪਹਿਲੇ ਪਨੀਰ ਵਾਲੇ ਕਾਣੇ ਸਾਡੇ ਮੇਰੀ ਸੱਚੀ ਦਾਈ ਨੰਬਰ ਦਾ ਸਾਰਿਆਂ ਲੋ ਜੀ ਬਹੁਤ ਵਧੀਆ ਨਜ਼ਾਰਾ ਥੈਂਕ ਯੂ ਸੀ ਕਿਤੇ
ਗੱਲ ਸਿਖਾਈ ਹੁੰਦੀ ਆ ਪੱਕੀ ਬਾਰਡਰ ਤੇ ਕਹਿਣਾ ਵੀ ਜਿਹੜਾ ਉਹਨੇ ਪੁੱਛਣਾ ਵੀ ਤੂੰ ਮਤਲਬ ਤੇਰੇ ਕੋਲ ਕੋਈ ਕਹਿਣਾ ਨੋ 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 ਕਹਿਣਾ ਦੋ ਤਿੰਨ ਗੱਲਾਂ ਸਿਖਾਈ ਜੈਸ 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 ਉਹ ਕਹਿੰਦਾ ਡੂਜੀ ਹੈ ਨਾਈਫ ਯੈਸ ਡੂਜੀ ਹੈ ਡਰੱਗਸ ਯੈਸ ਯੈਸ ਇਹਦਾ ਲਾ ਲਾ ਸਰ ਤੂੰ ਨਹੀਂ ਪੀਤਾ ਤੂੰ ਮੰਨ ਜਾ ਮੰਨ ਜਾ ਤੂੰ ਫਰੂਟੀ ਫਰਾਟੀ ਪੀ ਲਿਆ ਹਾਂ